ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਉਮੀਦ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਖੇਤੀਬਾੜੀ ਵਿਭਾਗ ਦੇ ਵਿੱਚ ਨਿਕਲੀ ਹੋਈ ਨਵੀਂ ਵੈਕੈਂਸੀਜ਼ ਦੇ ਬਾਰੇ ਵਿੱਚ ਜੇ ਦੋਸਤੋ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਕੱਢੇ ਗਏ ਨੇ ਦੋ ਵੈਕੈਂਸੀਜ਼ ਦੇ ਲਈ ਜਿਦੇ ਵਿੱਚ 10 12th ਅਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣ ਜਾ ਰਹੇ ਨੇ ਸੈਲਰੀ ਵੀ ਬਹੁਤ ਵਧੀਆ ਰਹੇਗੀ ਕਿੱਦਾਂ ਤੁਸੀਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕ ਨੂੰ ਵਨ ਤੱਕ ਪੂਰਾ ਜ਼ਰੂਰ ਦੇ ਔਰ ਅਗਰ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਔਰ ਚੈਨਲ ਨੂੰ ਜ਼ਰੂਰ ਨਾਲ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਉਹਦੇ ਨਾਲ ਤੁਹਾਨੂੰ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਤੁਸੀਂ ਸਮਾਂ ਰਹਿੰਦੇ ਉਹਨੂੰ ਅਪਲਾਈ ਕਰ ਪਾਉਗੇ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜੇ ਨੇ ਆਊਟ ਕੀਤਾ ਗਿਆ ਇਹਦੇ ਵਿੱਚ ਸੋ ਤੁਸੀਂ ਜਲਦੀ ਨਾਲ ਇਹਦੇ ਲਈ ਅਪਲਾਈ ਕਰ ਲੈਣਾ ਮੈਂ ਇਸ ਵੀਡੀਓ 'ਚ ਤੁਹਾਨੂੰ ਡਿਟੇਲ ਨੋਟੀਫਿਕੇਸ਼ਨ ਇਨਫੋਰਮੇਸ਼ਨ ਜਿਹੜੀ ਹੈ ਉਹ ਦਵਾਂਗਾ ਜੀ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਸ ਮਿਲ ਜੇਗਾ ਤੁਸੀਂ ਉਥੋਂ ਚੈੱਕ ਕਰਕੇ ਜਿਹੜਾ ਹਰ ਇੱਕ ਨੋਟੀਫਿਕੇਸ਼ਨ ਦੀ ਅਪਲਾਈ ਕਰਵਾਉਂਗੇ ਤੇ ਨਾਲ ਦੀ ਨਾਲ ਦੱਸਣਾ ਚਾਹਵਾਂਗਾ ਸਾਡੀ ਵੈਬਸਾਈਟ www.cleri.com ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਡੇ ਈਮੇਲ ਬਾਕਸ ਦੇ ਵਿੱਚ ਮਿਲਦਾ ਰਹੇਗਾ ਤੇ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਦੱਸਣਾ ਚਾਹਵਾਂਗਾ ਕਿ ਇਸ ਤੋਂ ਇਲਾਵਾ ਹੋਰ ਕਈ ਰਿਕਰੂਟਮੈਂਟ ਆਈਆਂ ਹੋਈਆਂ ਨੇ ਜਿਹੜੀ ਸਾਡੀ ਵੈਬਸਾਈਟ ਤੇ ਅਪਡੇਟ ਨੇ ਜਿਹੜੀ ਅਸੀਂ ਕਹਿ ਸਕਦੇ ਵਰਕ ਫਰੋਮ ਹੋਮ ਹੋ ਸਕਦੇ ਆ ਪ੍ਰਾਈਵੇਟ ਸੈਕਟਰ ਦੀਆਂ ਨੇ ਜਾਂ ਗਵਰਨਮੈਂਟ ਸੈਕਟਰ ਦੀਆਂ ਨੇ ਹਰ ਤਰ੍ਹਾਂ ਦੀ ਰਿਕਰੂਟਮੈਂਟ ਜਿਹੜੀਆਂ ਤੇ ਜਲਦੀ ਨਾਲ ਜਾਓ ਤੇ ਇਹਦੇ ਲਈ ਅਪਲਾਈ ਕਰ ਲਵੋ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੀ ਉਹ ਹੈਗਾ ਜੀ ਆਫਿਸ ਅਸਿਸਟੈਂਟ ਦਾ ਜਿਹੜਾ ਕਿ ਤੁਸੀਂ ਦੇਖ ਪਾ ਰਹੇ ਹੋ ਐਪਲੀਕੇਸ਼ਨ ਇਨਵਾਈਟ ਕੀਤੀਆਂ ਗਈਆਂ ਨੇ ਆਫਿਸ ਅਸਿਸਟੈਂਟ ਦੇ ਲਈ ਜਿਸ ਦੇ ਵਿੱਚ ਸੈਲਰੀ ਜਿਹੜੀ ਹੈ ਜੀ ਉਹ ਇੱਥੇ ਲਿਖੀ ਹੋਈ ਹੈ 11486 ਰੁਪਏ ਪਰ ਮੰਥ ਤੁਹਾਨੂੰ ਜਿਹੜੀ ਫਿਕਸਡ ਮਿਲੇਗੀ ਔਰ ਇਸ ਦੇ ਵਿੱਚ ਇਹ ਫਰਸਟ ਲਈ ਡੀਏ ਕੰਟਰੈਕਟ ਬੇਸਿਸ ਤੇ 6 ਮੰਥ ਲਈ ਲਹੇਗੀ ਔਰ ਉਸ ਤੋਂ ਬਾਅਦ ਇਹਨੂੰ ਜਿਹੜਾ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਬੈਚਲਰ ਡਿਗਰੀ ਜਿਹੜੀ ਵੀ ਕੈਂਡੀਡੇਟ ਨੇ ਕੀਤੀ ਹੋਈ ਹੈ ਉਹ ਕਿਸੇ ਵੀ ਉਹਦੇ ਵਿੱਚ ਤੁਸੀਂ ਉਹ ਜਿਹੜਾ ਇਸ ਲਈ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਐਟ ਲੀਸਟ ਤੁਹਾਡੇ ਕੋਲ 120 ਘੰਟੇ ਦਾ ਕੋਰਸ ਹੋਣਾ ਚਾਹੀਦਾ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਨੂੰ ਜਿਹੜਾ ਕਿ ਪਰਸਨਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਕਿ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨ ਜਾਂ ਡੈਸਕਟਾਪ ਪਬਲਿਕੇਸ਼ਨ ਐਪਲੀਕੇਸ਼ਨ ਦੇ ਵਿੱਚ ਹੋਵੇ ਜੋ ਕਿ ਗਵਰਨਮੈਂਟ ਰੈਕੋਗਨਾਈਜ਼ਡ ਇੰਸਟੀਚਿਊਟ ਦਾ ਹੋਵੇ ਜਾਂ ਕਿਸੇ ਵੀ ਰਿਪਿਊਟਡ ਇੰਸਟੀਚਿਊਟ ਦਾ ਹੋਵੇ ਜਿਹੜਾ ISO ਸਰਟੀਫਾਈਡ ਹੈ ਜੀ ਜਾਂ ਫਿਰ ਤੁਹਾਡੇ ਕੋਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਹੈਗਾ ਉਹ ਲੈਵਲ ਸਰਟੀਫਿਕੇਟ ਹੈ ਤੁਹਾਡੇ ਕੋਲ ਜੋ ਕਿ ਕੋਰਸ ਰੀਡਰ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਇਸ ਦੇ ਵਿੱਚ ਜਿਹੜੇ ਨੇ میٹرਿਕ ਤੁਹਾਡੀ ਪੰਜਾਬੀ ਲੈਂਗੁਏਜ ਦੇ ਵਿੱਚ ਹੋਣੀ ਜ਼ਰੂਰੀ ਹੈ ਜਿਹੜੀ ਕਿ ਸਕੂਲ ਐਜੂਕੇਸ਼ਨ ਬੋਰਡ ਤੋਂ ਹੋਣੀ ਜ਼ਰੂਰੀ ਹੈ ਔਰ ਏਜ ਲਿਮਿਟ ਤੁਹਾਡੀ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ एलिਜੀਬਲ ਹੁੰਦੇ ਨੇ ਇਸ ਦੇ ਵਿੱਚ ਰਿਟਨ ਟੈਸਟ ਹੋਏਗਾ ਜਿਸ ਦੇ ਵਿੱਚ 80 ਮਾਰਕਸ ਰੀਡਿੰਗ ਕੰਡਕਟ ਹੋਣਗੇ OMR ਸ਼ੀਟ ਦੇ ਥਰੂ ਜਿਹੜਾ ਕਿ ਆਬਜੈਕਟਿਵ ਟਾਈਪ ਹੋਏਗਾ ਰਿਟਨ ਟੈਸਟ ਹੋਏਗਾ ਜਿਸ ਦੇ ਵਿੱਚ ਤੁਹਾਡੇ ਜਿਹੜੇ ਨੇ ਪੰਜਾਬੀ ਇੰਗਲਿਸ਼ ਅਰਿਥਮੈਟਿਕ میٹرਿਕ ਸਟੈਂਡਰਡ ਦੇ ਔਰ ਜਨਰਲ ਨੋਲੇਜ ਦੇ ਕੁਸ਼ਨ ਹੋਣ ਹੋਣਗੇ ਕੈਂਡੀਡੇਟ ਨੂੰ ਜਿਹੜਾ ਆਪਣਾ ਮੈਰਿਟ ਬੇਸਿਸ ਤੇ ਹੀ ਲਿੱਤਾ ਜਾਏਗਾ ਰਿਟਰਨ ਟੈਸਟ ਦੇ ਵਿੱਚੋਂ ਜਿਸ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਉਸ ਤੋਂ ਬਾਅਦ ਤੁਹਾਨੂੰ ਕੰਪਿਊਟਰ ਦੇ ਬੇਸਿਕ ਟੈਸਟ ਦੇ ਵਾਸਤੇ ਜਿਹੜਾ ਬੁਲਾਇਆ ਜਾਏਗਾ ਜਿਹਦੇ 20 ਮਾਰਕਸ ਜਿਹੜੇ ਹੋਣਗੇ ਟੋਟਲ 100 ਮਾਰਕਸ ਦਾ ਹੋਏਗਾ ਔਰ ਘੱਟੋ ਘੱਟ ਕੈਂਡੀਡੇਟ ਨੂੰ 50 ਮਾਰਕਸ ਅਬਟੇਨ ਕਰਨੇ ਹੋਣਗੇ ਰਿਟਰਨ ਪਲੱਸ ਕੰਪਿਊਟਰ ਨੂੰ ਮਿਲਾ ਕੇ ਤਾਂ ਹੀ ਉਹ ਜਿਹੜੇ ਮੈਰਿਟ ਲਿਸਟ ਵਾਸਤੇ ਜਿਹੜੇ ਨੇ ਉਹ ਕਨਸੀਡਰ ਕੀਤੇ ਜਾਣਗੇ ਉਸ ਤੋਂ ਬਾਅਦ ਕੈਂਡੀਡੇਟ ਜਿਹੜੇ ਨੇ ਔਰ ਰਿਟਨ ਟੈਸਟ ਤੋਂ ਬਾਅਦ ਜਿਹੜਾ OMR ਸ਼ੀਟ ਤੇ ਲਿਤਾ ਜਾਏਗਾ ਤੁਹਾਡਾ ਰਿਟਨ ਟੈਸਟ ਜਿਹੜਾ ਹੈ ਜੀ ਇਸ ਦੇ ਵਿੱਚ 160 ਮਲਟੀਪਲ ਚੁਆਇਸ ਕੁਐਸਚਨ ਜਿਹੜੇ ਨੇ ਉਹ ਤੁਹਾਡੇ ਹੋਣਗੇ ਸਬਜੈਕਟ ਜਿਹੜਾ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਪੰਜਾਬੀ ਇੰਗਲਿਸ਼ ਅਰਿਥਮੈਟਿਕ ਜਨਰਲ ਨੋਲੇਜ ਜਿਹਦੇ ਵਿੱਚ ਹਰ ਇੱਕ ਕੁਐਸਚਨ 40 ਮਾਰਕਸ ਦਾ ਹੋਏਗਾ ਔਰ ਟਾਈਮ ਜਿਹੜਾ ਤੁਹਾਨੂੰ 2 ਘੰਟੇ ਦਾ ਦਿੱਤਾ ਜਾਏਗਾ ਔਰ ਨੈਗੇਟਿਵ ਮਾਰਕਿੰਗ ਵੀ ਹੋਏਗੀ 1/4 ਜਿਹੜੀ ਕਿ ਤੁਹਾਡੇ ਹਰ ਇੱਕ ਡੈਡਿਕੇਟਡ ਰੌਂਗ ਆਨਸਰ ਲਈ ਕਿ ਮਾਰਕ ਕੀਤੀ ਜਾਏਗੀ ਹੁਣ ਇਸ ਤੋਂ ਬਾਅਦ ਅਸਤਾਨ ਜੀ ਕੈਂਡੀਡੇਟ ਜਿਹੜੇ ਤੁਹਾਡਾ ਐਡਰੈਸ ਤੁਹਾਡਾ ਏਜ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਐਕਸਪੀਰੀਅੰਸ ਔਰ ਇਸ ਦੇ ਨਾਲ-ਨਾਲ 200 ਰੁਪਏ ਦਾ ਡਿਮਾਂਡ ਡਰਾਫਟ ਜਿਹੜਾ ਕਿ ਕੰਟਰੋਲਰ ਪੀਏਯੂ ਲੁਧਿਆਣਾ ਸਰਵ ਟੈਸਟਡ ਕਾਪੀ ਜਿਹੜੀ ਤੁਹਾਡੇ ਸਰਟੀਫਿਕੇਟ ਦੀ ਹੈ ਲੇਟੈਸਟ ਫੋਟੋਗ੍ਰਾਫ ਹੈ 25 6 2021 ਤੱਕ ਪਹੁੰਚ ਜਾਣੀ ਚਾਹੀਦੀ ਨੇ ਔਰ ਸੈਪਰੇਟ ਕੋਈ ਇੰਟੀਮੀਸ਼ਨ ਜਿਹੜਾ ਸੈਂਡ ਨਹੀਂ ਕੀਤਾ ਜਾਏਗਾ ਕੋਈ ٹیਏ ਡੀਏ ਤੁਹਾਡੀ ਇੰਟਰਵਿਊ ਦੇ ਲਈ ਜਾਂ ਟੈਸਟ ਦੇ ਲਈ ਤੁਹਾਨੂੰ ਨਹੀਂ ਦਿੱਤਾ ਜਾਏਗਾ ਇਸ ਦੇ ਵਿੱਚ ਇਹ ਸੀਗਾ ਫਰਸਟ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਹੈ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਪ ತಾನು ಸೆಕೆಂಡ್ ನೋಟಿಫಿಕೆಷನ್ ਇਹ ਸੈਕੰਡ ਨੋਟੀਫਿਕੇਸ਼ਨ ਤੁਸੀਂ ਦੇਖ ਪਾ ਰਹੇ ਹੋ ਇਸ ਦਾ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਜਿਹੜਾ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਤੁਸੀਂ ਯਾਦ ਨਾਲ ਡਾਊਨਲੋਡ ਕਰਕੇ ਚੈੱਕ ਕਰ ਲੈਣਾ ਜੀ ਇਸ ਦੇ ਵਿੱਚ ਕਾਰ ਜੀਪ ਆਪਰੇਟਰ ਜਿਹੜਾ ਉਹ ਦੇ ਲਈ ਰਿਕੁਆਇਰਮੈਂਟ ਜਿਹੜੀ ਹੈ ਕੱਢੀ ਗਈ ਹੈ ਜੀ ਜਿਹੜਾ ਕਿ ਕਮਿਊਨੀਕੇਸ਼ਨ ਸੈਂਟਰ ਪੀਯੂ ਪੀਏਯੂ ਦੇ ਵਿੱਚ ਹੈਗਾ ਫਿਕਸ ਸੈਲਰੀ ਇਹਨਾਂ ਨੂੰ 10455 ਰੁਪਏ ਪਰ ਮਹੀਨਾ ਦਿੱਤੀ ਜਾਏਗੀ ਜੋ ਕਿ ਇਨੀਸ਼ੀਅਲੀ 6 ਮੰਥਲੀ ਕੰਟਰੈਕਟ ਬੇਸਿਸ ਤੇ ਹੋਏਗੇ ਜਿਹੜੀ ਕਿ ਸਕੀਮ ਦੇ ਅਕੋਰਡਿੰਗਲੀ ਐਕਸਟੈਂਡ ਵੀ ਕੀਤੀ ਜਾ ਸਕਦੀ ਹੈ ਜੀ ਇਸ ਦੇ ਵਿੱਚ 12th ਕੈਂਡੀਡੇਟ ਜਿਹੜੇ ਉਹ ਰਿਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲ ਇੱਕ ਵੈਲਿਡ ਐਪਰੋਪ੍ਰੀਏਟ ਕਾਰ ਜੀਪ ਡਰਾਈਵਿੰਗ ਲਾਇਸੈਂਸ ਜਿਹੜਾ ਜੀ ਹੋ ਹੈਗਾ ਹੈ ਪੰਜਾਬੀ ਦੀ ਨੌਲੇਜ ਮੈਟ੍ਰਿਕ ਤੱਕ ਹੈਗੀ ਹੈ ਏਜ ਲਿਮਿਟ 18 ਤੋਂ 37 ਸਾਲ ਦੀ ਹੈ ਔਰ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕਾਰ ਜਾਂ ਜੀਪ ਡਰਾਈਵਿੰਗ ਦਾ ਸੋ ਇਸ ਦੇ ਵਿੱਚ ਜਿਹੜੇ ਕੈਂਡੀਡੇਟ ਹੈਗੇ ਨੇ ਉਹ ਜਿਹੜੀ ਇਹ ਕੁਆਲੀਫਿਕੇਸ਼ਨ ਜਿਹੜੀ ਨੇ ਉਹ ਅਕਵਾਇਰ ਕਰਦੇ ਨੇ ਉਹਨਾਂ ਕੋਲ ਹੈਗੀ ਹੈ ਤਾਂ ਉਹਨਾਂ ਨੂੰ ਜਿਹੜੇ ਆਪਣੀ ਐਪਲੀਕੇਸ਼ਨ ਇੱਕ ਪਲੇਨ ਪੇਪਰ ਤੇ ਜਿਹੜੀ ਹੈ ਭੇਜਣੀ ਪਏਗੀ ਲਿਖ ਕੇ ਜਿਸ ਦੇ ਵਿੱਚ ਉਹਨਾਂ ਦਾ ਨਾਮ ਇੱਕ ਉਹਨਾਂ ਦਾ ਐਡਰੈਸ ਮੋਬਾਈਲ ਨੰਬਰ age, education, qualification, experience. ਪਾਸਪੋਰਟ ਸਾਈ ਫੋਟੋਗ੍ਰਾਫ ਨਾਲ ਦੀ ਨਾਲ ਸੈਲ ਟੈਸਟਡ ਕਾਪੀ ਜਿਹੜੀ ਇਹਨੇ ਤੁਹਾਡੇ ਹਰ ਇੱਕ ਜਿਹੜੇ ਹੋਣਗੇ ਸਰਟੀਫਿਕੇਟ ਉਹਨਾਂ ਦੀ ਔਰ ਪਲੱਸ ਇੱਕ ਡਿਮਾਂਡ ਡਰਾਫਟ 100 ਰੁਪਏ ਦਾ ਜਿਹੜਾ ਤੁਸੀਂ ਭੇਜਣਾ ਹੈ ਜਿਹੜਾ ਕਿ ਕੰਟਰੋਲਰ ਪੀਏ ਲੁਧਿਆਣਾ ਦੇ ਫੇਵਰਸ ਭੇਜੋਗੇ 25 6 2021 ਤੋਂ ਪਹਿਲੇ ਪਹਿਲੇ ਤੁਹਾਨੂੰ ਜਿਹੜਾ ਭੇਜਣਾ ਪਏਗਾ ਜੀ ਐਪਲੀਕੇਸ਼ਨ ਰਿਸੀਵ ਜਿਹੜੀਆਂ ਹੋਣਗੀਆਂ ਡਿਊ ਡੇਟ ਤੋਂ ਬਾਅਦ ਵਿਦਾਊਟ ਐਪਲੀਕੇਸ਼ਨ ਫੀ ਜਿਹੜੀ ਅਕਸੀਡਰ ਨਹੀਂ ਕੀਤੀਆਂ ਜਾਣਗੀਆਂ ਔਰ ਯੂਨੀਵਰਸਿਟੀ ਜਿਹੜੀ ਪੋਸੀਬਲ ਨਹੀਂ ਹੋਏਗੀ ਕਿਸੇ ਵੀ ਪੋਸਟਲ ਡਿਲੇ ਮਤਲਬ ਪੋਸਟ ਦੇ ਕਰਕੇ ਜਾਂ ਲੇਟ ਪਹੁੰਚਦਾ ਹੈ ਜਾਂ ਪਹੁੰਚਦਾ ਹੀ ਨਹੀਂ ਹੈ ਤਾਂ ਉਹਦੇ ਵਿੱਚ ਕੇਸ ਦੇ ਵਿੱਚ ਉਹ ਕਨਸੀਡਰ ਨਹੀਂ ਕਰਨਗੇ ਔਰ ਤੁਹਾਡਾ ਹੀ ਫਾਲਟ ਮੰਨਿਆ ਜਾਏਗਾ ਪੋਜੀਸ਼ਨ ਜਿਹੜੀ ਹੈ ਪਿਓਰਲੀ ਟੈਂਪਰੇਰੀ ਬੇਸਿਸ ਤੇ ਹੈ ਸਰਵਿਸ ਜਿਹੜੀ ਹੈ ਲਾਇਬਲ ਨਹੀਂ ਹੈ ਜੀ ਉਹ ਆਪਣੇ ਅਗ ਨੂੰ ਅੱਗੇ ਆਪਣੇ ਆਪ ਐਕਸਟੈਂਡ ਕਰਵਾਉਣ ਦੇ ਲਈ ਰਿਕੁਐਸਟ ਨਹੀਂ ਕਰ ਪਾਣਗੇ ਨਾ ਹੀ ਰੈਗੂਲਰ ਹੋਣਗੀਆਂ ਸੋ ਇਸ ਦੇ ਵਿੱਚ ਇਹ ਭਰਤੀਆਂ ਜਿਹੜੀਆਂ ਨੇ ਕੱਢੀਆਂ ਗਈਆਂ ਨੇ ਜੋ ਕਿ ਪੀਏਯੂ ਲੁਧਿਆਣਾ ਵੱਲੋਂ ਕੱਢੀਆਂ ਗਈਆਂ ਨੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਇਹਦੇ ਲਈ ਜਲਦੀ ਨਾਲ ਅਪਲਾਈ ਕਰ ਲਵੋ ਫਿਰ ਦੁਬਾਰਾ ਦੱਸ ਦਿੰਦੇ ਜੀ ਐਪਲੀਕੇਸ਼ਨ ਇੱਕ ਸਿੰਪਲ ਪਲੇਨ ਪੇਪਰ ਤੇ ਆਪਣਾ ਪੂਰਾ ਬਾਇਓ ਡਾਟਾ ਦਾ ਕਿ ਤੁਹਾਡਾ ਇੱਕ ਰੈਜ਼ਿਊਮ ਹੁੰਦਾ ਹੈ ਜੀ ਉਸ ਤਰ੍ਹਾਂ ਬਣਾਉਣਾ ਹੈ ਔਰ ਉਹਨਾਂ ਨੂੰ ਸੈਂਡ ਕਰ ਦੇਣਾ ਹੈ ਉਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਫਿਰ ਵੀ ਕੋਈ ਡਾਊਟ ਹੋਏਗਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਜੀ ਦੋਨਾਂ ਦੇ ਲਿੰਕ ਤੁਹਾਨੂੰ ਜਿਹੜੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਦੇ ਦਿੱਤੇ ਜਾਣਗੇ ਫਿਰ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ